ਦੇਖੋ ਮੈਂ ਹਿਮਾਚਲ ਦੇ ਲੋਕ ਤੇ ਪੰਜਾਬੀ ਬੜੇ ਸਿਆਣੇ ਨੇ ਮੈਂ ਬਿਲਕੁਲ ਇਹ ਗੱਲ ਨਹੀਂ ਕਹੂੰਗਾ ਕਿ ਕਿਸੇ ਇੱਕ ਦੋ ਬੰਦਿਆਂ ਦੀ ਹਰਕਤ ਨਾਲ ਮੈਂ ਦੋ ਸੂਬੇ ਦੇ ਲੋਕਾਂ ਨੂੰ ਕਿਸੇ ਰੰਗ 'ਚ ਰੰਗਾ ਨਗਰ ਇਹ ਜ਼ਰੂਰ ਹੈ ਕਿ ਲਾਅ ਔਰਡਰ ਔਰ ਲਾਅਲੈਸਨਸ ਇਹਨਾਂ ਨੂੰ ਧਿਆਨ 'ਚ ਰੱਖਣਾ ਸਰਕਾਰਾਂ ਦੀ ਵੱਡੀ ਜ਼ਿੰਮੇਵਾਰੀ ਹੈ ਔਰ हिमाचल प्रदेश 'ਚ ਕਿਸੇ ਨੂੰ ਟਾਰਗੇਟ ਕੀਤਾ ਜਾ ਰਿਹਾ ਕਿ ਉਹ ਪੰਜਾਬੀ ਐ ਇਹ ਬੜੀ ਖਤਰਨਾਕ ਗੱਲ ਹੈ ਕਿਉਂਕਿ ਪਹਿਲਾਂ ਵੀ ਉਹ ਉਥੋਂ ਦੀ ਇੱਕ ਐਮਪੀ ਆ ਜਿਨੇ ਪੰਜਾਬੀਆਂ ਨੂੰ ਕਿਸਾਨਾਂ ਨੂੰ ਟਾਰਗੇਟ ਕੀਤਾ ਔਰ ਇਸ ਗੱਲ ਦੇ ਉੱਤੇ ਕਈ ਲੋਕਾਂ ਨੇ ਜਿਹੜੇ ਇਨਸਾਫ ਪਸੰਦ ਨੇ ਚਾਹੇ ਉਹ ਕਿਸੇ ਧਰਮ ਨਾਲ ਸੰਬੰਧਿਤ ਨੇ ਉਸਨੇ ਉਸ ਗੱਲ ਨੂੰ ਗਲਤ ਕਿਹਾ ਔਰ ਅੱਜ ਮੈਂ ਤਦੇ ਮੈਂ ਉਸ ਦਿਨ ਵੀ ਅਪੀਲ ਕੀਤੀ ਸੀ ਤੁਸੀਂ ਅੱਜ ਤੋਂ 7 8 ਦਿਨ ਪੁਰਾਣੀ ਮੇਰੀ ਵੀਡੀਓ ਵੇਖਿਓ ਤਾਂ ਇੱਕ ਬੜੀ ਹੱਥ ਜੋੜ ਕੇ ਮੈਂ ਅਪੀਲ ਕਰ ਰਿਹਾ ਹਾਂ ਭਾਜਪਾ ਦੀ ਲੀਡਰਸ਼ਿਪ ਨੂੰ ਕਿ ਇਹ ਕੰਡੇ ਨਾ ਬੀਜੋ ਇਹਦਾ ਬਹੁਤ ਖਤਰਨਾਕ ਸਿੱਟੇ ਨਿਕਲਣੇ ਇਹ ਜੋ ਇੱਕ ਲੀਡਰ ਇੱਕ ਬਿਆਨ ਦੇ ਦਿੰਦਾ ਪੰਜਾਬ ਬਾਰੇ ਜਾਂ ਕਿਸਾਨੀ ਬਾਰੇ ਉਹਦਾ ਰਿਐਕਸ਼ਨ ਬੜਾ ਖਤਰਨਾਕ ਗਰਾਊਂਡ ਤੱਕ ਜਾਂਦਾ ਔਰ ਉਹਦਾ ਰਿਐਕਸ਼ਨ ਕਦੋਂ ਨਿਕਲ ਕੇ ਆਵੇ ਕੇਸ ਰੂਪ ਚ ਆਵੇ ਉਹ ਤੋਂ ਖਤਰਨਾਕ ਹੈ ਔਰ ਅੱਜ ਵੀ ਇਹੀ ਕੁਝ ਹੋਇਆ ਦੇਖੋ ਨਾ ਇਹ ਗਏ ਸੈਰ ਸਪਾਟੇ ਆਸਤੇ ਦੁਨੀਆ ਸਾਰੀ ਹਿਮਾਚਲ ਜਾਂ ਜੰਮੂ ਕਸ਼ਮੀਰ ਇਹ ਨਾ ਵੱਡੇ ਪਹਾੜੀ ਇਲਾਕੇ ਆ ਤੇ ਜਾ ਰਹੀ ਆ ਤੇ ਜੇ ਜਾ ਰਹੀ ਆ ਟੂਰਿਜ਼ਮ ਉਹਨਾਂ ਲਈ ਵੀ ਵੱਡਾ ਆਮਦਨ ਦਾ ਇੱਕ ਸਾਧਨ ਹੈ ਉੱਤੇ ਰੋਜ਼ਗਾਰ ਦਾ ਸਾਧਨ ਹੈ ਲੋਕਾਂ ਦੀ ਕਮਾਈ ਦਾ ਸਾਧਨ ਹੈ ਇਕਨੋਮੀ ਦਾ ਚੱਲਣਾ ਉਸ ਸੂਬਿਆਂ ਦੀ ਵੱਡਾ ਕਾਰਨ ਟੂਰਿਜ਼ਮ ਹੈ ਤੇ ਅੱਜ ਜਾ ਕੇ ਕਿਸੇ ਨੂੰ ਇਸ ਗੱਲ ਤੋਂ ਟਾਰਗੇਟ ਕਰਤਾ ਜਾਵੇ ਕਿ ਇਹ ਜੀ ਪੰਜਾਬੀ ਨੇ ਤੇ ਪੰਜਾਬੀ ਨੇ ਉਹ ਉੱਥੇ ਜੋ ਕੰਗਨਾਰ ਰਣੌਤ ਦਾ ਇਨਸੀਡੈਂਟ ਹੋਇਆ ਉਹਦੇ ਨਾਲ ਜੋੜ ਲਿਆ ਜਾਣ ਇਹ ਕੁਝ ਚੰਦ ਬੰਦਿਆਂ ਦੀ ਛਿਰਾਰਤ ਹੋ ਸਕਦੀ ਹੈ ਮਗਰ ਸੂਬਿਆਂ ਨੂੰ ਸਰਕਾਰਾਂ ਨੂੰ ਇਸ ਗੱਲ ਨੂੰ ਕੰਟਰੋਲ ਕਰਨਾ ਚਾਹੀਦਾ ਕਿ ਕੁਝ ਬੰਦਿਆਂ ਕਰਕੇ ਪੂਰੇ ਸਮਾਜ ਦੇ ਵਿੱਚ ਵੰਡੀਆਂ ਪਾਉਣ ਦਾ ਕੰਮ ਹੋ ਰਿਹਾ ਔਰ ਇਹਦੀ ਜਾਂਚ ਹੋਣੀ ਚਾਹੀਦੀ ਤਾਂ ਕਿ ਇਹ ਚੀਜ਼ ਅੱਗੇ ਨਾ ਵਧੇ ਭਵਿੱਖ ਦੇ ਵਿੱਚ ਮੈਂ ਤਾਂ ਪਹਿਲੇ ਦਿਨ ਹੀ ਕਹਿੰਦਾ ਸੀ ਜੀ ਇਹ ਵੰਡੀਆਂ ਪਾਉਣ ਦਾ ਕਾਰਨ ਹੈ ਮੈਂ ਜਿਸ ਦਿਨ ਕੰਗਨਾਰ ਰਣੌਤ ਨੇ ਜੋ ਦਿੱਲੀ ਜਾ ਕੇ ਬਿਆਨ ਦਿੱਤਾ ਕੀ ਜੀ ਪੰਜਾਬ ਚ ਉਗਰਵਾਦ ਫੈਲ ਰਿਹਾ ਤੁਸੀਂ ਰਹਿਨੇ ਹੋ ਪੰਜਾਬੀ ਚ ਫੈਲ ਰਿਹਾ ਜੀ ਇੱਥੇ ਜਿੰਨਾ ਭਾਈਚਾਰਕ ਸਾਂਝ ਇੱਥੇ ਹੈ ਸ਼ਾਇਦ ਕਿਤੇ ਨਹੀਂ ਇੱਥੇ ਕਿਹੜਾ ਟੂਰਿਜ਼ਮ ਨਹੀਂ ਆਉਂਦਾ ਪਹਿਲੇ ਜਿਹੜੇ ਬਿਆਨ ਸੀ ਉਹ ਇੱਕ ਫਿਲਮ ਸਟਾਰ ਦੇ ਤੌਰ ਤੇ ਪਰ ਹੁਣ ਉਹ ਸੰਸਦ ਬਣ ਕੇ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਉਹਨਾਂ ਦੀ ਜ਼ਿੰਮੇਵਾਰੀ ਹੋਰ ਜ਼ਿਆਦਾ ਬਣੀ ਤਾਂ ਹੈ ਜੀ ਬਗਰ ਉਹ ਸੁਭਾਅ ਹੀ ਨਾ ਬਦਲਿਆ ਜੀ ਜਾਂਦੇ ਸਾਰ ਉਹਨਾਂ ਨੇ ਕੀ ਬਿਆਨ ਦਿੱਤਾ ਕਿ ਜੀ ਉਗਰਵਾਦ ਫੈਲ ਰਿਹਾ ਪੰਜਾਬ ਚ ਕੀ ਫੈਲ ਰਿਹਾ ਤੁਸੀਂ ਤਾਂ ਚੌਥਾ ਥਾਮੋ ਮੀਡੀਆ ਕੀ ਫੈਲ ਰਿਹਾ ਕੀ ਐਮਪੀ ਦਾ ਇਹ ਕਹਿਣਾ ਬਣਦਾ ਸੀ ਐਮਪੀ ਦੀ ਨੌਲੇਜ ਤਾਂ ਬਹੁਤ ਜ਼ਿਆਦਾ ਚਾ ਔਰ ਜੋ ਕਰਨਾਲ ਚ ਹੋਇਆ ਮੋਟਰਸਾਈਕਲ ਤੋਂ ਮੇਨ ਲਾਦਾ ਲਾਉਣ ਤੋਂ ਜਿਹੜਾ ਉਹ ਜਿਹਦੇ ਸਿਰ 'ਚ ਇੱਟਾਂ ਨਾਲ ਉਹਨੂੰ ਅਟੈਕ ਕਰਤਾ ਉਹ ਸਿੱਖ ਨੌਜਵਾਨ ਤੇ ਜਾਂ ਹੋਰ ਥੂਪਿਆਂ ਤੇ ਜਿਹੜਾ ਕੁਝ ਹੋ ਰਿਹਾ ਇਟ ਇਜ਼ ਅ ਰਿਜ਼ਲਟ ਆਫ 1980 ਤੇ 90 'ਚ ਹੀ ਕੁਝ ਹੋਇਆ ਸੀ ਨਫਰਤ ਦੇ ਬੀਜ ਬੋਏ ਗਏ ਸਨ ਔਰ ਉਹਦਾ ਬੜਾ ਖਤਰਨਾਕ ਰਿਜ਼ਲਟ ਨਿਕਲਿਆ ਸੀ ਔਰ ਸਾਨੂੰ ਉਹੋ ਜੀ ਹਾਲਾਤ ਪੈਦਾ ਨਾ ਹੋਣ ਜਿਮੇਵਾਰ ਸੱਜਣਾ ਦੇ ਤੇ ਸਰਕਾਰਾਂ ਦੀ ਵੱਡੀ ਜ਼ਿੰਮੇਵਾਰੀ ਵਿਦੇਸ਼ੀ ਮਹਿਲਾ ਉਹ ਕਿਤਨਾ ਕਿਤੇ ਸਾਹਮਣੇ ਆਂਦੀ ਹੈ ਕਿ ਥੱਪੜ ਮਾਰਨ ਦੀ ਘਟਨਾ ਪਰ ਪਰ ਸ਼ੁਰੂਆਤ ਜੇ ਅਸੀਂ ਗੱਲ ਕਰੀਏ ਤਾਂ ਜਦੋਂ ਸਾਲ ਲਗਾਤਾਰ ਉੱਥੇ ਬੈਠੇ ਰਹੇ ਸੀ ਸਤਾਨ ਉਦੋਂ ਬਿਆਨਬਾਜ਼ੀ ਜਿਹੜੀ ਕੀਤੀ ਗਈ ਸੀ ਉਹ ਕਿਤਨਾ ਕਿਤੇ ਚੁੱਪੀ ਸੀ ਆ ਜੀ ਤੰਗੜਾ ਦੇਖੋ ਕੋਈ ਕਿਸਾਨ ਦੇਸ਼ ਨੂੰ ਅੰਨ ਦਿੰਦਾ ਜੀ ਔਰ ਉਹ ਸੰਘਰਸ਼ਚੇ ਨੇ ਤੁਸੀਂ ਉਹਨਾਂ ਨੂੰ ਜਲੀਲ ਕਰੋ ਕਿ ਇਹ ਦਿਹਾੜੀ ਤੇ ਆਏ ਆ ਇਹ ਲੋਕਾਂ ਨੇ ਤਾਂ ਮਹਿਸੂਸ ਕਰਨਾ ਹੈ ਇਹ ਗੱਲਾਂ ਉਹਦੇ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਕਿ ਇੱਕ ਵਿਦੇਸ਼ੀ ਮਹਿਲਾ ਇਹਨਾਂ ਦੇ ਨਾਲ ਹੈ ਉਹ ਕੀ ਇੰਪੈਕਟ ਲੈ ਕੇ ਜਾਏਗੀ ਇੰਡੀਆ ਦੇ ਪ੍ਰਤੀ ਪੰਜਾਬ ਦੇਖੋ ਜੀ ਤਿੰਨ ਗੱਲਾਂ ਦਾ ਇੰਪੋਰਟੈਂਟ ਹੈ ਜੀ ਲਾਅ ਐਂਡ ਆਰਡਰ ਗੱਲ ਨਾ ਦੇਸ਼ ਨਾ ਵਿਦੇਸ਼ ਹਰ ਜਾਨ ਕੀਮਤੀ ਹੈ ਔਰ ਉਹ ਲਾਅਲੈਸਨੈਸ ਕੋਈ ਸੂਬਾ ਬਰਦਾਸ਼ਤ ਨਹੀਂ ਕਰ ਸਕਦਾ ਜੇ ਸੂਬੇ 'ਚ ਲਾਅਲੈਸਨੈਸ ਆਊਗੀ ਉਹ ਸੂਬਾ ਕਦੇ ਤਰੱਕੀ ਨਹੀਂ ਕਰ ਸਕਦਾ ਉੱਥੇ ਕਦੇ ਸ਼ਾਂਤੀ ਨਹੀਂ ਰਹਿ ਸਕਦੀ ਔਰ ਵੱਡੀ ਗੱਲ ਇਥੇ ਇਹ ਹੈ ਕਿ ਨਾ ਕੇਵਲ ਪੰਜਾਬੀ ਇੱਕ ਫੋਰਨ ਨੈਸ਼ਨਲ ਵੀ ਸਨ ਔਰ ਜਿਨ੍ਹਾਂ ਦੇ ਸਾਹਮਣੇ ਉਹਨਾਂ ਦੇ ਘਰ ਵਾਲੇ ਨੂੰ ਉਹਨਾਂ ਦੇ ਪਰਿਵਾਰ ਦੇ ਜੀਆ ਨੂੰ ਇਸ ਤਰੀਕੇ ਨਾਲ ਜਾਨਲੇਵਾ ਹਮਲਾ ਹੋਇਆ ਹੋਵੇ ਮਸਾ ਜਾਨ ਬਚਾ ਕੇ ਆਏ ਔਰ ਪੁਲਿਸ ਪਰਚਾ ਦਰਜ ਨਾ ਕਰੇ ਪੁਲਿਸ ਕਾਰਵਾਈ ਨਾ ਕਰੇ ਤੇ ਇਹਨੂੰ ਮਿਲੀ ਭੁਗਤ ਕਵਾਂਗੇ ਕਿ ਕੀ ਕਵਾਂਗੇ ਔਰ ਜਿਹੜੀਆਂ ਵੀਡੀਓ ਸੀਗੀਆਂ ਉਹ ਡਿਲੀਟ ਕਰਤੀਆਂ ਜਾਣ ਸੋ ਮਤਲਬ ਇਹਦੇ ਤੋਂ ਬੜਾ ਖਤਰਨਾਕ ਸੰਕੇਤ ਨੇ ਮੈਂ ਤਾਂ ਅੱਜ ਵੀ ਆਸ ਕਰਦਾ देखो मैं हिमाचल प्रदेश ਦੇ ਲੋਕਾਂ ਦਾ ਬੜਾ ਸਤਿਕਾਰ ਕਰਦਾ ਦੇ ਭੂਮੀ ਦੇ ਨਾਂ ਤੇ ਉਸ ਧਰਤੀ ਦਾ ਲੋਕ ਸਤਿਕਾਰ ਕਰਦੇ ਔਰ ਸਾਰੇ ਹਿਮਾਚਲ ਦੇ ਲੋਕ ਬੜੇ ਚੰਗੇ ਨੇ ਬੜੇ ਸ਼ਾਂਤਮਈ ਲੋਕ ਨੇ ਲੱਖਾਂ ਕਰੋੜਾਂ ਲੋਕ ਉੱਥੇ ਟੂਰਿਜ਼ਮ ਜਾ ਰਿਹਾ ਮਗਰ ਜੇ ਕੋਈ ਕੁਝ ਸ਼ਰਾਰਤੀ ਅੰਸਰ ਨੇ ਕਿਸੇ ਪਾਰਟੀ ਨਾਲ ਸੰਬੰਧਿਤ ਨੇ ਕੌਣ ਨੇ ਕੋਈ ਸ਼ਰਾਰਤੀ ਨੇ ਕ੍ਰਿਮੀਨਲ ਲੋਕ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਵੀ ਸਰਕਾਰਾਂ ਦੀ ਜ਼ਿੰਮੇਵਾਰੀ ਆ ਕਿਉਂਕਿ ਇਹ ਜੇ ਲੋਕ ਦੇਸ਼ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਔਰ ਕੁਝ ਜ਼ਿੰਮੇਵਾਰ ਲੋਕ ਜਿਹੜੇ ਇਹ ਜੇ ਬਿਆਨ ਦੇ ਰਹੇ ਆ ਜਿਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਕਿੱਡੇ ਜ਼ਿੰਮੇਵਾਰ ਅਹੁਦੇ ਤੇ ਤੁਸੀਂ ਬੈਠੇ ਹੋ ਔਰ ਜੋ ਤੁਸੀਂ ਗੱਲ ਕਰ ਰਹੇ ਹੋ ਇਹਦੇ ਸਿੱਟੇ ਬਹੁਤ ਖਤਰਨਾਕ ਨਿਕਲ ਸਕਦੇ ਆ ਉਹਨਾਂ ਨੂੰ ਵੀ ਗਰੇਜ ਕਰਨਾ ਚਾਹੀਦਾ ਔਰ ਨਾਲ ਦੀ ਨਾਲ ਸਰਕਾਰਾਂ ਨੂੰ ਲਾਉਣ ਆਰਡਰ ਇਨਫੋਰਸ ਕਰਨਾ ਚਾਹੀਦਾ ਇਹ ਵੱਡੀ ਜੰਮਿਆ ਹੈ ਹਾ ਤਾਂ ਇਹ ਰੋਸ ਹੈ ਕਿ ਅਸੀਂ ਜਿਸ ਤਰੀਕੇ ਨਾਲ ਉਥੇ ਕਟਨਾ ਵਾਪਰੀ ਆ ਵੀਡੀਓ ਬਣਾਈਆਂ ਲੋਕਾਂ ਦੇ ਨਾਲ ਤੇ ਰੋਸ ਹੈਗਾ ਇਹ ਜਿਨ੍ਹਾਂ ਨੇ ਇਸ ਘਟਨਾ ਨੂੰ ਅਜਾ ਦੁੱਤਾ ਪੁਲਿਸ ਨੇ ਉਸ ਤੋਂ ਵੀ ਜ਼ਿਆਦਾ ਰੋਸ ਹੈ ਕਿ ਉਹਨੇ ਵੀਡੀਓ ਡਰੀਡ ਕਰ ਦਿੱਤੀ ਸਭ ਕੁਝ ਖਤਮ ਕਰ ਦਿੱਤਾ ਕਿ ਸਾਡੇ ਉੱਤੇ ਕੋਈ ਐਕਸ਼ਨ ਨਹੀਂ ਆਉਂਦਾ ਦੇਖੋ ਇਹ ਇਹੀ ਗੱਲ ਚਿੰਤਾ ਦਾ ਵਿਸ਼ਾ ਔਰ ਇਸੇ ਗੱਲ ਦੀ ਮੈਂ ਹਿਮਾਚਲ ਸਰਕਾਰ ਤੋਂ ਤੇ ਪੰਜਾਬ ਸਰਕਾਰ ਤੋਂ ਜਾਂਚ ਮੰਗ ਰਿਹਾ ਜੇ ਤਾਂ ਹਿਮਾਚਲ ਸਰਕਾਰ ਕਰੇ ਬਹੁਤ ਚੰਗੀ ਗੱਲ ਹੈ ਨਹੀਂ ਤਾਂ ਫਿਰ ਪੰਜਾਬ ਸਰਕਾਰ ਇਹਨਾਂ ਦੇ ਬਿਆਨ ਲੈ ਕੇ ਕਿ ਆਫਟਰ ਆਲ ਸਿਰ ਚ ਟਾਂਕੇ ਲੱਗੇ ਆ ਪਸਲੀਆਂ ਪਹਨ ਤੋੜ ਹੋਈ ਆ ਹੋਰ ਸੱਟਾਂ ਲੱਗੀਆਂ ਨੇ ਉਸ ਗੱਲ ਦੀ ਉਹ ਤਾਂ ਮੈਡੀਕਲ ਰਿਕਾਰਡ ਹੈ ਹੁਣ ਇੱਕ ਮੈਸੇਜ ਮਿਲਿਆ ਕਿ ਜਿਹੜੇ ਐਨ ਆਰ ਆਈ ਮਾਮਲਿਆਂ ਦੇ ਮੰਤਰੀ ਨੇ ਉਹ ਵੀ 4:30 ਵਜੇ ਪਰਿਵਾਰ ਨੂੰ ਮਿਲਣ ਦੇ ਲਈ ਆ ਰਹੇ ਤੁਹਾਨੂੰ ਲੱਗਦਾ ਕਿ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲਏਗੀ ਕੋ ਲਏਗੀ ਤੇ ਚੰਗੀ ਗੱਲ ਹੈ ਜੀ ਐਨ ਆਰ ਆਈ ਮੰਤਰੀ ਸਾਹਿਬ ਲੈਣਗੇ ਇਹਦੇ ਚ ਕਾਰਵਾਈ ਕਰਾਉਣਗੇ ਇਹਨਾਂ ਨੂੰ ਇਨਸਾਫ ਮਿਲੂਗਾ ਤੇ ਠੀਕ ਨੂੰ ਠੀਕ ਕਹੂੰਗਾ ਮਗਰ ਉਹਨਾਂ ਨੂੰ ਜਗਾਉਣ ਵਾਸਤੇ ਵੀ ਇਤਾ ਇਨਸੀਡੈਂਟ 4 ਦਿਨ ਪੁਰਾਣਾ ਕੱਲ ਇਸ ਨੌਜਵਾਨ ਨੇ ਮੈਨੂੰ ਫੋਨ ਕੀਤਾ ਕਿ ਸਾਡੀ ਤਾਂ ਕੋਈ ਖਬਰ ਹੀ ਨਹੀਂ ਲੈ ਰਿਹਾ ਸਾਨੂੰ ਤਾਂ ਪਹਿਲਾਂ ਦੇਖੋ ਪਤਾ ਨਹੀਂ ਸੀ ਕੱਲ ਜਦ ਫੋਨ ਆਇਆ ਮੈਂ ਪੱਤਰਕਾਰ ਵੀਰਾਂ ਨੂੰ ਫੋਨ ਕੀਤਾ ਮੈਂ ਯਾਰ ਤੁਸੀਂ ਚੌਥਾ ਪਾਵਾਂ ਉਹ ਡੈਮੋਕਰੇਸੀ ਦਾ ਤੁਸੀਂ ਸੱਚ ਜਾਗਰ ਕਰੋ ਕਿਉਂਕਿ ਜੇ ਮੇਰੇ ਵਰਗਾ ਕੋਈ ਬੋਲਦਾ ਤੇ ਉਹ ਚ ਪੋਲਿਟਿਕਸ ਦੀ ਕਿਤੇ ਨਾ ਕਿਤੇ ਉਹ ਆਉਣੀ ਸੀਗੀ ਚਾਲਕ ਤੇ ਮੈਂ ਚਾਹੁੰਦਾ ਨਹੀਂ ਸੀ ਕਿ ਇੱਥੇ ਕੋਈ ਪੋਲਿਟਿਕਸ ਹੋਵੇ ਇੱਥੇ ਇਨਸਾਫ ਹੋਵੇ ਕਿਉਂਕਿ ਲੋਕ ਦੇਸ਼ ਨੂੰ ਵੰਡਣ ਦੀਆਂ ਬੜੀਆਂ-ਬੜੀਆਂ ਸਾਜਸ਼ਾ ਚੱਲ ਰਹੀਆਂ ਔਰ ਜੋ ਇਹ ਇਲੈਕਸ਼ਨ ਬੀਤੇ ਨੇ 24 ਦੇ ਪਾਰਲੀਮੈਂਟ ਦੀ ਇਲੈਕਸ਼ਨ ਚ ਦੇਸ਼ ਕਿਵੇਂ ਡਿਵਾਈਡ ਹੋਇਆ ਇਹਦੇ ਚ ਤਾਂ ਸਾਰਿਆਂ ਦੇ ਸਾਹਮਣੇ ਆ ਜੀ ਜੇ ਤੁਸੀਂ ਵੇਖੋ ਕਮਿਊਨਿਟੀਜ਼ ਤੇ ਕਿਵੇਂ ਵੋਟ ਕੀਤਾ ਹੈ ਕਲੀਅਰ ਡਿਵੀਜ਼ਨ ਵੇਖਣ ਨੂੰ ਆਈ ਹੈ ਤੁਸੀਂ ਕੀ ਸਮਝਦੇ ਹੋ 24 ਦੇ ਰਿਜ਼ਲਟ ਨਾਲ ਨਾਟਕੀ ਪਾਰਟੀ ਤੌਰ ਤੇ ਕੋਈ ਖੁਸ਼ ਹੈ ਕਿ ਕੋਈ ਦੁਖੀ ਹੈ ਦੇਸ਼ ਦੇ ਤੌਰ ਤੇ ਤਾਂ ਸਾਰੇ ਦੁਖ ਆਹਤ ਨੇ ਕਿ ਭਾਈ ਦੇਸ਼ ਇਸ ਤਰ੍ਹਾਂ ਵੋਟ ਪਾਉਣ ਲੱਗ ਗਿਆ ਤੇ ਦੇਸ਼ ਦਾ ਤਾਂ ਤੁਸੀਂ ਕਈ ਹਿੱਸਿਆਂ 'ਚ ਵੰਡ ਦੇਣਾ ਜਿਹੜੀ ਵੋਟ ਹੀ ਸਿਰ ਧਰਮ ਦੇ ਨਾਂ 'ਤੇ ਮੰਗੀ ਗਈ ਹੈ ਤੇ ਕਲੀਅਰ ਡਿਵੀਜ਼ਨ ਪੈਦਾ ਹੋਇਆ ਪਿੰਡਾਂ ਦੇ ਵੋਟਾਂ ਦੀ ਹਾਲਾਤ ਵੇਖ ਲਓ ਤੇ ਸ਼ਹਿਰਾਂ ਦੀ VOTING ਦੇ ਪੈਟਰਨ ਵੇਖ ਲਓ ਤੇ ਤੁਸੀਂ ਆਪ ਸਮਝ ਲਓ ਪੰਜਾਬ 'ਚ ਕੀ ਹੋ ਰਿਹਾ ਸਾਰੇ ਦੇਸ਼ 'ਚ ਇਹ ਕੁਝ ਹੋ ਰਿਹਾ ਹੈ ਮੈਂ ਕਹਿੰਦਾ ਜੀ ਬਾਰਡਰ ਸਟੇਟ ਹੋਣ ਦੇ ਨਾਤੇ ਬਹੁਤ ਹੀ ਖਤਰਨਾਕ ਹੈ ਇਹਨੂੰ ਕੋਈ ਲਾਈਟਲੀ ਨਾ ਲਵੇ ਮੈਂ ਮੈਂ ਤਾਂ ਅੱਜ ਪਬਲਿਕਲੀ ਤੁਹਾਨੂੰ ਅੱਜ ਕਹਿ ਰਿਹਾ ਅੰਦਰ ਬੈਠੇ ਮੈਂ ਤਾਂ ਉਸ ਦਿਨ ਹੀ ਕਹਤਾ ਹਾਂ ਰਿਜ਼ਲਟ ਵੇਖਦੇ ਸਾਰ ਮੈਂ ਕਹਾਂ ਇਹ ਦੇਸ਼ ਦੀ ਰਾਜਨੀਤੀ ਵਾਸਤੇ ਜਾਂ ਦੇਸ਼ ਦੇ ਭਲੇ ਵਾਸਤੇ ਨਹੀਂ ਹੈ ਜਿਸ VOTING ਪੈਟਰਨ ਜੋ ਹੋਇਆ ਹੈ ਇਟ ਇਜ਼ ਅ ਕਲੀਅਰ ਡਿਵੀਜ਼ਨ ਟੌਪ ਟੂ ਬਾਟਮ ਜਿਹੜੀ ਬਹੁਤ ਖਤਰਨਾਕ ਹੈ ਤੁਸੀਂ ਸ਼ਹਿਰਾਂ ਦੀ VOTING ਪੈਟਰਨ ਵੇਖ ਲਓ ਤੇ ਪਿੰਡਾਂ ਦਾ ਵੇਖ ਲਓ ਤੁਸੀਂ ਨਹੀਂ ਚਿੰਤਤ ਮੈਂ ਤਾਂ ਚਿੰਤਤ ਹਾਂ ਜੀ ਕਿਉਂਕਿ ਇਹ ਨਹੀਂ ਵੇਖਣ ਨੂੰ ਮਿਲਦਾ ਆਮ ਤੌਰ ਤੇ ਇਲੈਕਸ਼ਨਾਂ ਤੇ ਇੱਕ ਵੱਡੇ ਚਿਹਰੇ ਨੂੰ ਇੱਕ ਐਮਪੀ ਨੂੰ ਕੰਗਰਣ ਰੋਤ ਨੂੰ ਇਹ ਬਿਆਨ ਦੇਣਾ ਚਾਹੀਦਾ ਸੀ ਉਗਰਵਾਦੀ ਵਾਲਾ ਉਹ ਕਿਸ ਤਰ੍ਹਾਂ ਦੇਖਦੇ ਉਹ ਜੀ ਮੈਂ ਸਿਆਣੀ ਬੀਬੀ ਦਾ ਸਵਾਲ ਪੁੱਛੂ ਮਤਲਬ ਤੁਸੀਂ ਕਮਾਲ ਦੀ ਗੱਲ ਕਰ ਰਹੇ ਹੋ ਬੇਵਕੂਫਾਂ ਤੋਂ ਸਿਆਣੀ ਗੱਲ ਆਸ ਰੱਖੋ ਤੇ ਕਿੱਥੋਂ ਰੱਖੀ ਜਾ ਸਕਦੀ ਮਗਰ ਉਹਨਾਂ ਨੂੰ ਇਹ ਗੱਲ ਜ਼ਰੂਰ ਰਿਅਲਾਈਜ਼ ਕਰਨੀ ਚਾਹੀਦੀ ਕਿ ਅੱਜ ਫਿਲਮ ਸਟਾਰ ਕਈ ਸਮਝਦੇ ਸੀਗੇ ਕਿ ਚਲੋ ਐਕਟਿੰਗ ਕਰ ਰਹੇ ਆ ਜਾਂ ਕਿਸੇ ਸਟੇਜ ਦੀ ਕਾਰਵਾਈ ਦੇ ਹਿੱਸਾ ਨੇ ਮਗਰ ਜੋ ਜਾ ਕੇ ਅੱਜ ਐਮਪੀ ਬਣਨ ਤੋਂ ਬਾਅਦ ਦਿੱਲੀ ਪਹੁੰਚਦੇ ਸਾਰ ਸਾਰੇ ਪੰਜਾਬ ਨੂੰ ਕਹਤਾ ਹੈ ਤੇਦਾ ਉਗਰਵਾਦ ਹੈ ਸੋਚ ਵਧ ਰਹੀ ਹੈ ਉਗਰਵਾਦ ਵਧ ਰਿਹਾ ਮਨੋ ਕਿਥੋਂ ਤੁਹਾਡੀ ਕੀ ਫੀਡਬੈਕ ਸਿਸਟਮ ਕੀ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਹਿਮਾਚਲ ਜੇ ਵਧ ਰਿਹਾ ਹੈ ਤੇ ਹੁਣੇ ਚਲ ਇਲੈਕਸ਼ਨ ਸ਼ਾਂਤਮੀ ਹੋ ਕੇ हटੀਆਂ ਕੀ ਤੁਸੀਂ ਆਪਦੇ ਜਿਹੜੇ ਵਜ਼ੀਰ ਜਾਂ ਤੁਹਾਡੇ ਲੋਕ ਇਥੋਂ ਇਲੈਕਸ਼ਨ ਲੜੇ ਉਹਨਾਂ ਦੀ ਗੱਲ ਨਹੀਂ ਕਰਦੇ ਮੇਰੀ ਗੱਲ ਛੱਡੋ ਕੀ ਜਾਕਰ ਸਾਹਿਬ ਨੂੰ ਪੁੱਛ ਲਓ ਕੀ ਉਹ ਸਹਿਮਤ ਨੇ ਕੰਗਨਾਰ ਰਣੌਤ ਦੇ ਬਿਆਨਾਂ ਨਾਲ ਦੋਵਾਂ ਨਾਲ ਜੋ ਉਹਨਾਂ ਨੇ ਉਹ ਮਾਵਾ ਲਈ ਬਿਆਨ ਦਿੱਤਾ ਹੋਵੇ ਉਹ ਜਿਹੜੀਆਂ ਦਿੱਲੀ ਦੇ ਬਾਰਡਰ ਤੇ 600 ਰੁਪਏ ਵਾਲੀਆਂ ਤੇ ਜਾਂ ਜਿਹੜਾ ਹੁਣ ਦਿੱਤਾ ਕਿ ਉਹ ਗੁਰਬਾਤ ਫੈਲ ਰਿਹਾ ਜਿਸ ਤੋਂ ਹਾਂਜੀ ਨਹੀਂ ਜਾਕਰ ਸਾਹਿਬ ਦੱਸਦੇ ਨੇ ਕਿ ਉਹ ਤੇ ਦੋਵੇਂ ਬਿਆਨਾਂ ਨਾਲ ਸਹਿਮਤ ਹੈ ਕਿ ਨਹੀਂ ਮੇਰੇ ਕੋਲ ਮੇਰੀ ਗੱਲ ਹੋ ਰਹਾ ਉਹਨਾਂ ਦੀ ਪਾਰਟੀ ਦੇ ਜੀਆ ਲੋਕ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਹਿਮਾਚਲੀ ਜਿਹੜੇ ਨੇ ਸਾਡੇ ਵੀਰ ਉਹ ਕੰਮਕਾਰ ਕਰਦੇ ਨੇ ਤੁਹਾਨੂੰ ਲੱਗਦਾ ਕਿ ਜੇ ਇਦਾਂ ਦੀਆਂ ਘਟਨਾਵਾਂ ਹੋਣਗੀਆਂ ਪਰ ਜਿਹੜਾ ਤੁਸੀਂ ਕਹਿ ਰਹੇ ਇਸ਼ਾਰਾ ਦੇ ਰਹੇ ਉਹ ਚੀਜ਼ ਜਿਹੜੀ ਹੈ ਬਹੁਤ ਦੇਖੋ ਜੀ ਸਾਡੀ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਬਣੀ ਰਵੇ ਸਾਡੀ ਜ਼ਿੰਮੇਵਾਰੀ ਹੈ ਔਰ ਮੈਨੂੰ ਪੂਰੀ ਆਸ ਹੈ ਕਿ ਪੰਜਾਬੀ ਬੜੇ ਸਿਆਣੇ ਆ ਔਰ ਨਾਲ ਹੀ ਮੈਨੂੰ ਆਸ ਹੈ ਕਿ ਹਿਮਾਚਲ ਦੇ ਲੋਕ ਵੀ ਬੜੇ ਸਿਆਣੇ ਕੁਝ ਚੰਦ ਲੋਕ ਸ਼ਰਾਰਤੀ ਸੋਚਦੇ ਹੋ ਸਕਦੇ ਉਹਦਾ ਇਹ ਮਤਲਬ ਨਹੀਂ ਕਿ ਸਾਰੇ ਹੋ ਜੇ ਨੇ ਉਹਨਾਂ ਨੂੰ ਸਾਹਮਣੇ ਲਿਆਉਣਾ ਉਹਨਾਂ ਨੂੰ ਸਾਹਮਣੇ ਲਿਆ ਕੇ ਉਹਨਾਂ ਨੂੰ ਸ਼ੇਮ ਕਰਨਾ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਨੇਮ ਐਂਡ ਸ਼ੇਮ ਕਰਨਾ ਬੜਾ ਜ਼ਰੂਰੀ ਹੈ ਕਿਉਂਕਿ ਉਹ ਚੰਦ ਲੋਕ ਹੀ ਮਾਹੌਲ ਖਰਾਬ ਕਰਦੇ ਹੁੰਦੇ ਉਹ ਜੀ ਆ ਸਾਧਸ਼ਾ ਚੋ ਸੁਚੇਤ ਰਹਿਣਾ ਚਾਹੀਦਾ ਬਾਰਡਰ ਸਟੇਟ ਆ ਬਾਰਡਰ ਸਿਕਿਉਰਿਟੀ ਇੱਕ ਬੜਾ ਵੱਡਾ ਮੁੱਦਾ ਹੈ ਔਰ ਇਹਦੇ ਚ ਖਲਵਾੜ ਨਾ ਹੋਵੇ ਇਹਦੇ ਲਈ ਜ਼ਿੰਮੇਵਾਰ ਐਮਪੀਆ ਨੂੰ ਕੰਗਨਾਰ ਨੌਤਰਗਿਆਂ ਨੂੰ ਵੀ ਸੁਚੇਤ ਬਿਆਨ ਦੇਣੇ ਚਾਹੀਦੇ ਨਹੀਂ ਤਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਜਾਂ ਮੈਂ ਤਾਂ ਅਮਿਤ ਸ਼ਾਹ ਜੀ ਦਾ ਕਹੂੰਗਾ ਜੇ ਤੁਸੀਂ ਸਟੇਜ ਤੇ ਬੈਠੇ ਆ ਉਥੇ ਚੰ드ਰਾਬਾਬੂ ਨਾਇਡੂ ਦੀ ਸਵੈਰਿੰਗ ਇੰਚੇ ਰੋਜ਼ ਅਖਬਾਰਾਂ ਚ ਰੌਲਾ ਪੈ ਰਿਹਾ ਕਿ ਉਹ ਸਾਬਕਾ ਗਵਰਨਰ ਸਾਹਿਬ ਜਿਹੜੀ ਤਮਿਲਨਾਡੂ ਦੀ ਸੀ ਉਹਨਾਂ ਦੀ ਖਚਾਈ ਕਰਤੀ ਤੇ ਤੁਸੀਂ ਇਹਦੀ ਕਦੇ ਖਚਾਈ ਕਰੋਗੇ ਜੇ ਨਹੀਂ ਕਰਦੇ ਤਾਂ ਸਮਝਾਂਗੇ ਕਿ ਫਿਰ ਇਹੀ ਬੁਲਾਉਂਦੇ ਆ ਦੇਖੋ ਵੱਡਾ ਹਿੱਸਾ ਬਣਿਆ ਅੱਜ ਇਹਨਾਂ ਦਾ ਅੰਨਾ ਮਲਾਈ ਜਿਹੜਾ ਬੀਜੇਪੀ ਦਾ ਪ੍ਰਧਾਨ ਹੈ ਤਮਿਲਨਾਡੂ ਦਾ ਉਹ ਉਹਨਾਂ ਦੇ ਘਰ ਗਿਆ ਉਹ ਬੀਬੀ ਜੀ ਦੇ ਕਿਉਂਕਿ ਸਭ ਨੇ ਇਸ ਗੱਲ ਤੇ ਕਿਹਾ ਕਿ ਇਹ ਕਿਹੜਾ ਤਰੀਕਾ ਹੈ ਕਿ ਸ਼ਵੇਰਿੰਗਨ ਤੇ ਤੁਸੀਂ ਇੱਕ ਗਵਰਨਰ ਦੀ ਖਚਾਈ ਕਰੋ ਤੇ ਜੇ ਆਰਐਸਐਸ ਚੀਫ ਨੇ ਇੱਕ ਗਵਰਨਰ ਦੀ ਖਚਾਈ ਸਾਫ ਕਾਦੀ ਹੋ ਸਕਦੀ ਹੈ ਪਈ ਇਹ ਤਾਂ ਸਟੇਜ ਆਰਟ ਸੀਐਸ ਚੀਫ ਨੇ ਵੀ ਬੀਜੇਪੀ ਦੀ ਕਲਾਸ ਲਗਾਈ ਆ ਉਹਨੂੰ ਤੁਸੀਂ ਖਾਣ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਵਾ ਇੱਕੋ ਮੈਂ ਨਹੀਂ ਕਹੂੰਗਾ ਕਿ ਇਸ ਤਰ੍ਹਾਂ ਦੀ ਮੈਂ ਫੇਰ ਕਹਾਂ ਜੀ ਮੈਂ ਗੈਰ ਜ਼ਿੰਮੇਵਾਰਾ ਬਿਆਨ ਨਹੀਂ ਦੇ ਸਕਦਾ ਲੱਖਾਂ ਦੀ ਤعداد ਚ ਲੋਕ ਰੋਜ਼ ਜਾ ਰਹੇ ਆ ਹਲੇ ਤੱਕ 2 4 5 ਇਨਸੀਡੈਂਟ ਨਿਕਲ ਕੇ ਆਏ ਆ ਸਾਹਮਣੇ ਹਲੇ ਵੀ ਮੌਕਾ ਹੈ ਕਿ ਇਹਨਾਂ ਨੂੰ ਇਨਸੀਡੈਂਟ ਨੂੰ ਨਾਲ ਦੀ ਨਾਲ ਨਿਜਿਠਿਆ ਜਾਵੇ ਕਿ ਇਹ ਅੱਗ ਦੇ ਗੋਲੇ ਵਾਂਗੂ ਨਾ ਫੈਲਣ ਔਰ ਇਹ ਨਪਰਤ ਦੇ ਬੀ ਜਿਹੜੇ ਬੋਏ ਜਾ ਰਹੇ ਇਹ ਤੋਂ ਲੋਕ ਬਚਣ ਧੰਨਵਾਦ ਬਿਲਕੁਲ ਤਾਂ ਇਹਨੇ ਵਿਕਰਮ ਜੀਠੀਆ ਜਿਨ੍ਹਾਂ ਨੇ ਪਰਿਵਾਰ ਦੇ ਨਾਲ ਮੁਲਾਕਾਤ ਵੀ ਕੀਤੀ ਔਰ ਨਾਲ ਦੀ ਨਾਲ ਬੀਜਪੀ ਔਰ ਕੰਗਣਾ ਰਣੌਤ ਦੇ ਉੱਤੇ ਤਿੱਕੇ ਨਿਸ਼ਾਨੇ ਜਿਹੜੇ ਸਾਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਕੰਗਣਾ ਰਣੌਤ ਨੂੰ ਅਜਿਹੇ ਬਿਆਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਜਿਹੜੇ ਕਿ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਦਾ ਕੰਮ ਕਰਦੇ ਨੇ ਔਰ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਔਰ ਗ੍ਰਹਿ ਮੰਤਰੀ ਤੋਂ ਵੀ ਮੰਗ ਕੀਤੀ ਹੈ ਕਿ ਅਜਿਹੇ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਭਵਿੱਖ ਦੇ ਵਿੱਚ ਕਿਸੇ ਵੀ ਤਰੀਕੇ ਦਾ ਜਿਹੜਾ ਅਜਿਹਾ ਇਨਸੀਡੈਂਟ ਹੈ ਜਾਂ ਅਜਿਹੀ ਜਿਹੜੀ ਘਟਨਾ ਹੈ ਉਹ ਨਾ ਵਾਪਰੇ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਾਜੀਵ ਸ਼ਰਮਾ ਨਿਊਜ਼ ਦੀ ਟੀਮ ਅੰਮ੍ਰਿਤਸਰ